ਗੁੱਡ ਆਫਟਰਨੂਨ ਟੂ ਆਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਯਾਨੀ ਕਿ 22 ਅਗਸਤ 2020 ਨੂੰ ਆਲਸੈਕ ਇਗਜ਼ਾਮ ਹੋਇਆ ਤੇ ਤੁਹਾਨੂੰ ਪਤਾ ਜਦੋਂ ਵੀ ਆਲਸੈਕ ਇਗਜ਼ਾਮ ਹੁੰਦਾ ਅਸੀਂ ਤੁਹਾਡੇ ਸਾਹਮਣੇ ਇਗਜ਼ਾਮ ਤੋਂ ਬਾਅਦ ਉਹਦੀ ਰਿਵਿਊ ਦੀ ਵੀਡੀਓ ਅਪਲੋਡ ਕਰਦੇ ਹਾਂ ਤਾਂ ਅੱਜ ਜਿਹੜੀ ਅਸੀਂ ਵੀਡੀਓ ਤੁਹਾਡੇ ਸਾਹਮਣੇ ਅਪਲੋਡ ਕਰਨ ਜਾ ਰਹੇ ਹਾਂ ਉਹ ਹੈ ਰੀਡਿੰਗ ਦੇ ਆਨਸਰਸ ਦੀ ਅਸੀਂ ਜਿਹੜੇ ਬੱਚਿਆਂ ਨੇ ਮਾਰਨਿੰਗ ਦੇ ਵਿੱਚ ਇਗਜ਼ਾਮ ਦਿੱਤਾ ਉਹ ਵੀ ਰੀਡਿੰਗ ਦੇ ਆਨਸਰਸ ਚੈੱਕ ਕਰ ਸਕਦੇ ਨੇ ਔਰ ਦੇਖ ਸਕਦੇ ਨੇ ਔਰ ਆਪਣੇ ਬੈਂਡ ਦਾ ਐਸਟੀਮੇਟ ਲਗਾ ਸਕਦੇ ਨੇ ਕਿ ਕਿੰਨੇ ਸਹੀ ਨੇ ਔਰ ਕਿੰਨੇ ਗਲਤ ਨੇ ਸੋ ਹੁਣ ਆਪਾਂ ਜ਼ਿਆਦਾ ਦੇ ਵੀਡੀਓ ਵੀਡੀਓ ਅਪਲੋਡ ਕਰਾਂਗੇ ਤੇ ਨਾਲ ਦੀ ਨਾਲ ਤੁਹਾਨੂੰ ਰੀਡਿੰਗ ਲਿਸਨਿੰਗ ਦੇ ਆਨਸਰਸ ਦੀ ਵੀ ਵੀਡੀਓ ਤੁਹਾਡੇ ਸਾਹਮਣੇ ਅਸੀਂ ਦਵਾਂਗੇ ਥੈਂਕ ਯੂ ਹਾਂਜੀ ਸਭ ਤੋਂ ਪਹਿਲਾਂ ਪੈਸੇਜ ਜਿਹੜਾ ਵਾਂਸ ਸੀ ਉਹ ਕਿਸ ਦੇ ਰਿਲੇਟਿਡ ਸੀ ਡਾਇਨਾਸੌਰ ਫੁੱਟਪ੍ਰਿੰਟਸ ਐਟ ਐਕਸਟਿੰਕਸ਼ਨ ਸੋ ਇਹਦੇ ਰਿਲੇਟਿਡ ਜਿਹੜਾ ਆਪਣਾ ਕੁਲ ਪੈਸੇਜ ਵਨ ਆਇਆ ਸੀ ਅਟ ਮਾਰਨਿੰਗ ਦੇ ਵਿੱਚ ਉਹ ਸੀ ਤਾਂ ਫਸਟ ਜਿਹੜਾ ਆਨਸਰ ਸੀ ਉਸੀ ਯੂ ਐਸ ਸੈਕਿੰਡ ਨਾਟ 기ਵਨ 3rd ਯੈਸ 4th ਨਾਟ 기ਵਨ 5th ਨੋ 6th ਨੋ 7th ਇਕੋਲੋਜੀਕਲ ਰਿਲੀਜ਼ ਐ E C O L O G I C A L ecological release R E -A L E A S E, eighth C si competitors C O M P E T I T O R S that is competitors. Ninth C si dragons D R A G O N S that is dragons. Tenth C si overlooked O V E R L O O K E D overlooked. Eleventh the answer C si vanished. V A N I S H E D vanish so a answer aa sakta si have been all 12th da answer si swallowed up S W A L L O W E D up UP swallowed up 13th da answer si misdated M I S D A T E D that is misdated so eh se answers apne koi passage wan de hun apa gal karange passage 3 de हाँ जी जो पैसेज थ्री से कम्यूनीकेटिंग स्टाइल्स एंड कंफलिक्ट रिलेटेड अपने को पैसेज थ्री आया सो अपन आंसर देखते हैं ट्वेंटी सैवन का आंसर से थर्ड क्योंकि लिस्ट ऑफ हैडिंग सी ट्वेंटी एट सैवंथ ट्वेंटी नाइन फस्ट थर्टी फोर्थ थर्टी वन नाइनथ थर्टी टू एथ थर्टी थ्री फिफ्थ थर्टी फाइव का आंसर से फॉल्स थर्टी सिक्स का आंसर से ट्रू थर्टी सैवन नॉट गिवन थर्टी एट ट्रू 39 ट्रू एंड 40 बी ਸੋ ਇਹ ਸੀ ਕੁਝ ਆਨਸਰਸ ਰੀਡਿੰਗ ਦੇ ਜਿਨ੍ਹਾਂ ਬੱਚਿਆਂ ਨੇ ਮਾਰਨਿੰਗ ਦੇ ਵਿੱਚ ਇਗਜ਼ਾਮ ਦਿੱਤਾ ਜੇ ਇਸ ਤੋਂ ਇਲਾਵਾ ਕਿਸੇ ਬੱਚੇ ਨੂੰ ਆਨਸਰਸ ਪਤਾ ਹੋਣ ਤਾਂ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਨਾਲ ਦੀ ਨਾਲ ਤੁਸੀਂ ਸਾਨੂੰ ਇੰਸਟਾਗ੍ਰam ਤੇ ਦੱਸ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਲਿੰਕ ਦਿੱਤਾ ਉਹਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਅਸੀਂ ਜਿਹੜੀ ਨੈਕਸਟ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਉਹ ਹੈ ਰਿਵਿਊ ਦੀ ਵੀਡੀਓ ਤੇ ਨਾਲ ਦੀ ਨਾਲ ਅਸੀਂ ਤੁਹਾਨੂੰ ਰੀਡਿੰਗ ਦੇ ਆਨਸਰਸ ਵੀ ਦੱਸਾਂਗੇ ਥੈਂਕ ਯੂ